ਸੋ ਜਿੱਥੇ ਦੀਪ ਸਿੱਧੂ ਦੇ ਜਾਣ ਦਾ ਦੁੱਖ ਸਾਰਾ ਪੰਜਾਬ ਹੀ ਨਹੀਂ ਬਲਕਿ ਬਾਹਰ ਰਹਿੰਦੇ ਪੰਜਾਬੀ ਵੀ ਮਨਾ ਰਹੇ ਨੇ ਉੱਥੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਆ ਜਿਸ ਦੇ ਵਿੱਚ ਇੱਕ ਬੰਦਾ ਦੀਪ ਸਿੱਧੂ ਨੂੰ ਗਾਲਾਂ ਕੱਢ ਕੇ ਤੇ ਕਹਿ ਰਿਹਾ ਕਿ ਚੰਗਾ ਹੋਇਆ ਕਿ ਉਹ ਇਸ ਦੁਨੀਆ ਤੋਂ ਚਲਾ ਗਿਆ ਸੋ ਮੇਬੀ ਹਰ ਇੱਕ ਪੰਜਾਬੀ ਨੂੰ ਇਸ ਦੀਆਂ ਗੱਲਾਂ ਸੁਣ ਕੇ ਗੁੱਸਾ ਜ਼ਰੂਰ ਆਊਗਾ ਸੋ ਦੇਖੋ ਇਸ ਵੀਡੀਓ ਦੇ ਵਿੱਚ ਕੀ ਕਹਿਸ ਨੇ ਕੁੱਤਾ ਮਰਿਆ ਨਾ ਉਹ ਜਿਹੜਾ ਦੀਪ ਦੀਪ ਜਿਹੜਾ ਵੀ ਹੈਗਾ ਪੁੱਦੂ ਸੱਧੂ ਜੋ ਵੀ ਹੈਗਾ ਮਰਿਆ ਨਾ ਮਰ ਗਿਆ ਨਾ ਅੱਛਾ ਨਾ ਅੱਛਾ ਅੱਛੀ ਗੱਲ ਹੋਈ ਮਰ ਗਿਆ 26 ਜਨਵਰੀ ਨੂੰ ਬੜੀ ਨਹੀਂ ਸੜਕਾਂ ਦੇ ਉੱਤੇ ਇਨਕੀ ਭਗੜਦਲ ਪਾਰਾ ਸੀਗਾ ਭਾਂਡੜ ਮਚਾ ਦਾਂਗੇ ਇਹ ਕਰਦਾ ਉਹ ਕਰਦਾ ਇਨਦੇ ਭਗੜਦਲ 'ਚ ਮਰ ਗਿਆ ਨਾ ਨਿੱਕਲ ਗਿਆ ਹੁਣ ਕੀ ਕਰਦਾ ਕਹਿੰਦੇ ਬਹੁਤ ਵਧੀਆ ਡਰਾਈਵਰ ਸੀਗਾ ਉਹ ਅੱਛਾ ਜੀ ਫਿਰ ਕੋਈ ਗੰਡੀਆਂ ਗੰਡੀਆਂ ਚਲਾਉਂਦਾ ਸੀਗਾ ਸਰ ਨਹੀਂ ਪਤਾ ਹੈ ਨਾ ਖਾਲਸਾਨੀਆਂ ਗੱਡੀਆਂ ਚਲਾਉਂਦਾ ਸੀਗਾ ਮਰ ਗਿਆ ਹੁਣ ਮਰ ਗਿਆ ਹੁਣ ਕੀ ਕਰੀਏ ਹੁਣ ਚੱਕ ਕੇ ਮੋਢਿਆਂ ਤੇ ਫਿਰਿਏ ਤੁਸੀਂ ਲੋਕਾਂ ਦੇ ਹੱਥ ਬੜਦੇ ਸੀਗੇ ਬੇਵਕੂਫੋ ਤੁਸੀਂ ਸਿਰਫ ਕਹਿੰਦੇ ਸਾਡੇ ਧਰਮ ਦੇ ਅਨਿਬੇਦ ਅਦਬੀ ਕੀਤੀ ਫਲਾਣਾ ਕੀਤਾ ਤੁਸੀਂ ਲੋਕਾਂ ਦੇ ਹੱਥ ਵੜਤੇ ਉੱਠੇ ਲਟਕਾ ਕੇ ਉਹਨਾਂ ਨੂੰ ਜਲਾਤ ਅੱਗ ਲਾਤੀ ਉਹਨਾਂ ਨੂੰ ਬੇਦਵੀਂ ਪਿੱਛੇ ਕੋਈ ਗੱਲ ਨਹੀਂ ਬਿੱਤੀ ਕੋਈ ਗੱਲ ਨਹੀਂ ਸੜਤੇ ਮਰ ਗਿਆ ਤਾਂ ਕਹਿੰਦੇ ਨਹੀਂ ਨਹੀਂ ਇਹ ਸਾਨੂੰ ਸੀਬੀਏ ਦੀ ਜਾਂਚ ਤੇ ਹਾਂ ਸਾਨੂੰ ਐਫਬੀਏ ਦੀ ਜਾਂਚੀ ਦੇ ਦੋਨੂੰ ਸੀਆਈਏ ਦੀ ਜਾਂਚੀ ਦੀ ਹੈ ਤੁਹਾਨੂੰ ਸਭ ਜਾਂਚਾ ਦਵਾਉਣਾ ਵੀਰੇ ਤੁਹਾਨੂੰ ਸਭ ਜਾਂਚਾ ਦਵਾਉਣਾ ਜਾਂਚਾ ਇਹ ਮਾਰਾ ਤੁਸੀਂ ਇਹ ਸਾਲੇ ਉਹਨੇ ਕਿਹਾ ਸੀਗਾ ਤੁਹਾਡੀਆਂ ਪੋਲ ਖਲਣਾ ਸਾਲਿਆ ਤੁਹਾਡੀ ਪੋਲ ਖੋਲਨੀ ਸੀ ਇਹ ਮੈਂ ਆਪਣੇ ਆਪਣੇ ਪ੍ਰੋਬਲਮ ਦੱਸ ਰਿਹਾ ਕਿ ਇਹ ਕੁੱਤਾ ਮਰਿਆ ਪਤਾ ਕਿਉਂ ਇਹਨੇ ਇਹਨਾਂ ਦੀ ਪੋਲ ਖੋਲਨੀ ਸੀ ਸਾਲਿਆਂ ਦੀ ਇੱਕ ਕਿਸਾਨ ਜਿਹੜੇ ਆંદੋਲਨ ਸੀ ਨਾ ਕਿਸਾਨ ਆંદੋਲਨ ਇਹ ਕਿਸਾਨ ਆંદੋਲਨ ਵਾਲਿਆਂ ਦੀ ਪੋਲ ਖੋਲਣ ਵਾਲਾ ਸੀਗਾ ਇਹ